ਹਾਂ ਜੀ ਸਸ਼ੀ ਗਾਇਲ ਜੀ ਸਾਰੇ ਨੂੰ ਮੈਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਤੁਹਾਡਾ ਪੰਜਾਬ 247 ਦੇ ਅਫੀਸ਼ੀਅਲੀ YouTube ਚੈਨਲ ਤੇ ਤਾਂ ਉਮੀਦ ਕਰਦਾ ਆਸ਼ਾ ਕਰਦਾ ਸਾਰੇ ਦਿਨ ਕੈਂਟੋ ਮਸਤ ਹੋ ਤਿਆਰੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋ ਸੀਨੀਅਰ ਅਸਿਸਟੈਂਟ ਦੀ ਉਹ ਕਲਾਸ SBI ਪਲੱਸ ਵੀ ਦੇ ਹਰ ਇੱਕ ਫੇਵਰਿਟ ਸਵਾਲ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਫਟਾਫਟ ਇੱਕ ਵਾਰ ਸਾਰੇ ਬੱਚੇ ਵੀਡੀਓ ਦਾ ਲਿੰਕ ਨੂੰ ਜਰੂਰ ਸ਼ੇਅਰ ਕਰਾ ਦੇਣਗੇ ਜਿਹੜੇ ਜਿਹੜੇ ਬੱਚੇ ਨੇ ਹਲੇ ਤੱਕ ਕਲਾਸ ਦੇ ਲਿੰਕ ਨੂੰ ਸ਼ੇਅਰ ਨਹੀਂ ਕੀਤਾ ਤੇ ਫਿਰ ਆਪਾਂ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਚਲੋ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਈਵਨਿੰਗ ਇੱਕ ਬੱਚਾ ਲਿਖ ਰਿਹਾ ਗੁੱਡ ਮਾਰਨਿੰਗ ਸ਼ਾਬਾਸ਼ ਬਹੁਤ ਵਧੀਆ ਕੀ ਨਾਮ ਹੈ ਗਾ ਵਿਕਰਮ ਵੈਰੀ ਗੁੱਡ ਠੀਕ ਹੈ ਚਲੋ ਠੀਕ ਹੈ ਭਈ ਹੋ ਜਾਂਦਾ ਚਲੋ ਕਰਦੇ ਏਕਲਾ ਦੀ ਸ਼ੁਰੂਆਤ ਤੇ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਚਲੋ ਤੇ ਜਿਹੜੇ ਬੱਚੇ ਨੇ ਭਈ ਹਲੇ ਤੱਕ ਐਪ ਨਹੀਂ ਡਾਊਨਲੋਡ ਕੀਤੀ ਪਈ ਤਾਂ ਐਪ ਦਾ ਲਿੰਕ ਪਈ ਤੁਹਾਡੇ ਵਾਲਾ ਲਿੰਕ ਜੋ ਹੈ ਜਿਹਦੇ ਤੇ ਉਂਕੂ ਸਰ ਲਿਖਿਆ ਹੋਗਾ ਭਈ ਉਹਦੇ ਤੇ ਕਲਿੱਕ ਕਰਕੇ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਉਹ ਠੀਕ ਹੈ ਭਾਈ ਠੀਕ ਹੈ ਚੱਲੀਏ ਅੱਗੇ ਲਓ ਜੀ ਅੱਗੇ ਆ ਜਾਨੇ ਤੇ ਆ ਜੋ ਲਿੰਕ ਹੈ ਭਈ ਐਦਾਂ ਕਰਕੇ ਲੱਗਿਆ ਹੋਊਗਾ ਨਾਮ ਲਿਖਿਆ ਹੋਊਗਾ ਤੁਹਾਡੇ ਆਪ ਦੇ ਸਰ ਦਾ ਇਹਦੇ ਤੇ ਕਲਿੱਕ ਕਰਕੇ ਡਾਊਨਲੋਡ ਕਰੋਗੇ ਮਾਈ ਕੰਟੈਂਟ ਚਾ ਕੇ ਐਕਸਪਲੋਰ ਗਰੁੱਪ ਚਾ ਕੇ ਮੈਥਸ ਬਈ ਅੰਕੂ ਸਰ ਵਾਲੇ ਗਰੁੱਪ ਚ ਬੱਚਾ ਇਹਦੇ ਚ ਜਾ ਕੇ ਤੁਸੀਂ ਐਂਟਰੀ ਮਾਰ ਕੇ ਤੁਸੀਂ ਇਹਦੇ ਚ ਜਾ ਸਕਦੇ ਹੋ ਇਹ ਜੋ ਕੱਲ ਦਾ ਸਵਾਲ ਸੀ ਕੱਲ ਕੁਐਸਚਨ ਦੇ ਕੇ ਗਿਆ ਸੀ ਉਹਦਾ ਆਨਸਰ ਕਿੰਨਾ ਆਏਗਾ ਦੱਸੋ ਫਟਾਫਟ ਸ਼ਾਬਸ਼ ਬਣਾਓ ਸ਼ਾਬਸ਼ ਹੁਣ ਅਰੇ ਵਿੱਚ ਕੀ ਕਹਿ ਰਿਹਾ ਹੈ ਸਿਗਾ ਇਹ ਕੱਲ ਕੁਐਸਚਨ ਦੇ ਕੇ ਗਿਆ ਸੀ ਤੁਹਾਨੂੰ ਕਹਿੰਦਾ A ਅਤੇ B ਮਿਲ ਕੇ ਕਿਸੇ ਕੰਮ ਨੂੰ 8 ਦਿਨਾਂ 'ਚ ਕਰਦੇ ਹੈ ਠੀਕ ਹੈ ਭਾਈ A ਅਤੇ B ਮਿਲ ਕੇ ਕਿਸੇ ਕੰਮ ਨੂੰ 8 ਦਿਨਾਂ 'ਚ ਕਰਦੇ ਹੈਗੇ ਠੀਕ ਹੈ B ਅਤੇ C ਮਿਲ ਕੇ ਉਸੇ ਕੰਮ ਨੂੰ ਕਿੰਨੇ ਦਿਨਾਂ 'ਚ ਕਰਦੇ B ਅਤੇ C ਮਿਲ ਕੇ 12 ਦਿਨਾਂ 'ਚ ਕਰਦੇ ਹੈ ਠੀਕ ਹੈ ਤੇ ਤਿੰਨੋਂ ਮਿਲ ਕੇ ਉਸ ਕੰਮ ਨੂੰ 6 ਦਿਨਾਂ 'ਚ ਕਰਦੇ ਹੈ ਆਈ ਹੈ A B ਤੇ B ਤੇ C ਤੇ C ਤੇ ਤਿੰਨੋਂ ਮਿਲ ਕੇ ਮਤਲਬ A B ਤੇ C ਤਿੰਨੋਂ ਮਿਲ ਕੇ ਉਸ ਕੰਮ ਨੂੰ ਕਿੰਨੇ ਦਿਨਾਂ 'ਚ ਕਰਦੇ ਹੈਗੇ ਆ a b ਤੇ c ਮਿਲ ਕੇ 6 ਦਿਨਾਂ 'ਚ ਕਰਦੇ ਆਹ ਕੁਐਸਚਨ ਸੀਗਾ ਕਿ 8 12 ਤੇ 8 12 ਤੇ 6 ਦੋਨੋਂ ਮਿਲ ਕੇ 8 ਦਿਨਾਂ 'ਚ ਕਰ ਰਹੇ ਹੈਗੇ a b ਤੇ c ਮਿਲ ਕੇ ਕਿੰਨੇ ਦਿਨਾਂ 'ਚ ਕਰ ਰਹੇ ਹੈ b ਤੇ c ਮਿਲ ਕੇ ਕਿੰਨੇ ਦਿਨਾਂ 'ਚ ਕਰ ਰਹੇ ਹੈਗੇ 12 ਦਿਨਾਂ 'ਚ ਕਰਦੇ ਹੈਗੇ a b ਤੇ c ਤਿੰਨੋਂ ਜਣੇ ਮਿਲ ਕੇ 6 ਦਿਨਾਂ 'ਚ ਕਰਦੇ ਹੈ ਤਾਂ ਬੱਚਾ l.c.m ਕਿੰਨਾ ਹੋਊਗਾ l.c.m ਕਿੰਨਾ ਹੋਊਗਾ ਤੁਸੀਂ ਕਹੋਗੇ ਸਰ l.c.m ਜੋ ਹੈ 8 12 ਤੇ 6 ਦਾ l.c.m ਹੁੰਦਾ 24 ਮੰਨ ਲਓ 8 3 24 12 2 24 ਤੇ 6 4 24 A ਤੇ B ਇੱਕ ਦਿਨ ਚ 3 ਕੁਰਸੀਆਂ ਬਣਾਉਂਦੇ ਹੈ B ਤੇ C ਇੱਕ ਦਿਨ ਚ 2 ਕੁਰਸੀਆਂ ਬਣਾਉਂਦੇ ਹੈ A B ਤੇ C ਮਿਲ ਕੇ ਇੱਕ ਦਿਨ ਚ 4 ਕੁਰਸੀਆਂ ਬਣਾਉਂਦੇ ਹੈ ਇੱਕ ਦਿਨ ਚ 4 ਕੁਰਸੀਆਂ ਬਣਾਉਂਦੇ ਹੈ ਇੱਕ ਸੈਕਿੰਡ ਰੁਕੋ ਕਰਵਾ ਦਿੰਨੇ ਆ ਵੋਇਸ ਅਰੇ ਕਰਵਾ ਦੇਣ ਕਰਵਾ ਦੇਣ ਕਰਵਾ ਦਿੰਨੇ ਆ ਕੋਈਸ ਪ੍ਰੋਬਲਮ ਹੈ ਕਰਵਾ ਦਿੰਨੇ ਕੋਈ ਗੱਲ ਨਹੀਂ ਠੀਕ ਹੈ ਚਲੋ ਆ ਜਾਂਦਾ ਕੋਈ ਨਹੀਂ ਹੁਣ ਤੱਕ ਮੈਨੇਜ ਕਰ ਲਓ ਯਾਰ ਸਮਝਦਾ ਆ ਰਿਹਾ ਨਾ ਆ ਜਾਂਦਾ ਠੀਕ ਹੈ ਕੋਈ ਨਹੀਂ ਆ ਜਾਂਦਾ ਦੇਖੋ a b ਤੇ c ਨੇ ਮਿਲ ਕੇ ਚਾਰ ਕੁਰਸੀਆਂ ਬਣਾਈਆਂ ਜਿੰਨਾਂ ਵਿੱਚ b ਤੇ c ਕਿੰਨੀਆਂ ਕਰਦੇ b ਤੇ c ਭਈ ਦੋ ਬਣਾ ਦੇ ਹੁਣ ਦੇਖੋ ਯਾਰ b ਤੇ c ਦੋ ਕੁਰਸੀਆਂ ਬਣਾਉਂਦੇ ਹੈ b ਤੇ c ਦੋ ਕੁਰਸੀਆਂ ਬਣਾਉਂਦੇ ਹੈ 1 2 ਤੇ 3 ਤਿੰਨੋ ਜਾਨੇ ਮਿਲ ਕੇ 4 ਬਣਾਉਂਦੇ ਹੈ ਤਾਂ ਮਤਲਬ ਇਹ 2 ਬਣਾਉਂਦਾ ਉਹ B ਤੇ C ਨੇ ਜੋ 2 ਬਣਾਈਆਂ B ਤੇ C ਨੇ ਜੋ 2 ਬਣਾਈਆਂ ਤਾਂ A ਨੇ ਵੀ 2 ਬਣਾਈਆਂ ਹੋਣੀਆਂ ਫੇਰੀ 4 ਬਣੀਆਂ ਨਾ ਫੇਰੀ 4 ਬਣੀਆਂ ਨਾ ਕਲੀਅਰ ਹੈ ਨਹੀਂ ਗੱਲ ਤੇ ਹੁਣ ਬੱਚਾ ਕਹਿ ਕੀ ਰਿਹਾ ਹੈ ਹੁਣ ਇਹਨੇ ਇਦਾਂ ਕਿਹਾ ਹੈ ਕਿ A ਤੇ B ਮਿਲ ਕੇ 3 ਕੁਰਸੀਆਂ ਬਣਾਉਂਦੇ ਹੈ ਬੱਚਾ A B ਤੇ C 4 ਬਣਾਉਂਦੇ ਹੈ ਜਿਹਦੇ ਚੋਂ A 2 ਬਣਾਉਂਦਾ ਹੈ ਦੇਖੋ A ਨੇ 2 ਬਣਾਈਆਂ ए ते बी ने मिलके तीन बनाई है इसका मतलब बी ने एक बनाई है बी ने कितने बनाई है एक बनाई है क्लियर है गल समझ आ गई कि नहीं आ गई फटाफट दस दो सर आ पी करवा देना, वॉइस करवा देना पीसीआर पाई देख रहा है इधर आजा, जल्दी आजा जा करो यार फटाफट आ जाओ ठीक है ਹੁਣ ਬੱਚੇ ਇੱਥੇ b ਤੇ c ਦੀ ਵੈਲਿਊ 2 ਹੈ a b ਤੇ c ਦੀ ਵੈਲਿਊ ਕਿੰਨੀ ਹੈ 4 ਹੈ b ਤੇ c ਨੇ ਕੀ ਕੀਤਾ ਵੀ ਦੋ ਕੁਰਸੀਆਂ ਬਣਾਈਏ a ਨੇ ਵੀ ਦੋ ਕੁਰਸੀਆਂ ਬਣਾਈਆਂ ਹੋਣਗੀਆਂ ਫਿਰ ਇਹ 4 ਹੋਈਆਂ ਕਲੀਅਰ ਐਨੀ ਗੱਲ ਹੁਣ ਬੱਚੇ ਇਹਦੇ ਚ ਮੇਰੀ a ਦੀ ਵੈਲਿਊ 2 ਹੈ b ਦੀ ਵੈਲਿਊ 1 ਆ ਗਈ ਸਾਰਿਆਂ ਦੀ ਮੇਰੇ ਕੋਲ ਵੈਲਿਊ ਆ ਗਈ ਹੁਣ ਕਹਿੰਦਾ ਕੀ ਭਈ ਹੁਣ ਕੀ ਕਹਿੰਦਾ ਉਹਨੇ ਕੀ ਕਿਹਾ ਹੈ ਬੱਚਾ ਉਹਨੇ ਕਹਿ ਰਿਹਾ ਹੈ ਕਿ A ਤੇ C ਮਿਲ ਕੇ ਕੰਮ ਨੂੰ ਕਿੰਨੇ ਟਾਈਮ ਚ ਪੂਰਾ ਕਰਨਗੇ A ਤੇ C ਮਿਲ ਕੇ A ਇੱਕ ਦਿਨ ਚ ਦੋ ਕੁਰਸੀਆਂ ਬਣਾਉਂਦਾ ਹੈ ਬੱਚੇ B ਇੱਕ ਬਣਾਉਂਦਾ ਹੈ ਤਾਂ C ਵੀ ਇੱਕ ਹੀ ਬਣਾਏਗਾ ਤੁਸੀਂ ਕਹੋਗੇ ਸਰ A ਇੱਕ ਦਿਨ ਚ ਦੋ ਬਣਾਉਂਦਾ ਹੈ C ਵੀ ਇੱਕ ਦਿਨ ਚ ਇੱਕ ਬਣਾਉਂਦਾ ਹੈ ਤਿੰਨ ਕੁਰਸੀਆਂ ਬਣਾਣਗੇ 24 ਕੁਰਸੀਆਂ ਜਿਹਨਾਂ ਕੋਲੋਂ ਬਣਵਾਈਆਂ ਤਾਂ ਕਿੰਨਾ ਦਿਨ ਲੱਗੂਗਾ ਤੁਸੀਂ ਕਹੋਗੇ ਸਰ 8 ਡੇਸ ਲੱਗਣਗੇ ਕਿੰਨੇ ਲੱਗਣਗੇ 8 ਡੇਸ ਲੱਗਣਗੇ ਕਿੰਨੇ ਲੱਗਣਗੇ 8 ਡੇਸ ਲੱਗਣਗੇ एक सेकंड रुको यार मैं मैसेज पा रहे आ जाओ सर यार चार मिनट हो गए बैल लगाते हुए वॉइस इशू आ रहा यार कोई शू शू की कुछ आवाज आ रही है ऐसी अब चेक कर लो तीन चार मिनट हो गए को बेल जा रहा हूँ लो भाई अजवाक को अगला क्वेश्चन करो तुम तो मैं दिखा लेना भाई की कुछ आवाज आ रही है सी आप चेक कर लो और तीन चार मिनट हो गए मैं बेल पे रहा हूँ लो भाई अजवा को अगला क्वेश्चन करो तो सी मैं दिखा रहा हूँ ठीक होगी पहले आ रही थी ਵੀਆ ਐਕਚੁਅਲੀ ਯਹਾਂ ਤੇ ਫੋਨ ਪੜਾਤਾ ਸ਼ਾਇਦ ਇਸ ਕੀ ਆ ਰਹੀ ਹੋਗੀ ਰੇਡੀਏਸ਼ਨ ਕੀ ਚੈੱਕ ਕਰਨਾ ਪੀਛੇ ਕੇ ਐਵੇਂ ਬੋਲਦੇ ਹੈਗੇ 1 ਸੈਕਿੰਡ ਰੋਕੋ ਡੇਢ ਇੱਕ ਮਿੰਟ ਕੇ ਆਸ-ਪਾਸ ਚੈੱਕ ਕਰੋ ਫਟਾਫਟ ਕੋਈ ਸਾਰੇ ਬੱਚੇ ਵੀਡੀਓ ਤੇ ਲਿੰਕ ਨੂੰ ਜ਼ਰੂਰ ਸ਼ੇਅਰ ਕਰ ਦਣਗੇ ਜੇ ਮੈਂ ਆਪਦਾ ਲਿੰਕ ਭਾਈ ਤੋ ਰਣ ਦੇ ਗਰੁੱਪ ਚ ਬੱਚਾ ਇਹਦੇ ਚ ਜਾ ਕੇ ਤੁਸੀਂ ਮਾਰ ਕੇ ਤੁਸੀਂ ਇਹਦੇ ਚ ਜਾ ਸਕਦੇ ਹੋ ਇਹ ਲੋਕਾਂ ਨੇ ਸਰਵੋਸਿਕ ਕਨਫਰਮੇਸ਼ਨ ਦੇ ਕੇ ਗਿਆ ਸੀ ਤਾਂ ਸਰ ਕਿੰਨਾ ਆਏਗਾ ਦੱਸ ਨਹੀਂ ਕੁਝ ਤੋਂ ਥਾ ਇਸ ਦਾ ਰੇਡੀਏਸ਼ਨ ਹੋਈ ਥੀ ਥੋੜੀ دیر ਕੇ ਲਈ ਹੋਈ ਹੋਗੀ ਸ਼ਾਇਦ ਹਾਂ ਵਿਚ ਮੇ ਸੀ ਹੈ ਪਰ ਠੀਕ ਹੈ ਠੀਕ ਹੈ ਚਲੋ ਬਣਾਓ ਹੁਣ ਬੱਚਾ ਇਹਦੇ ਵਿੱਚ ਕੀ ਦੇ ਰੱਖਿਆ ਦੇਖੋ ਜੋ ਐਕਸ ਦੀ ਪਾਵਰ 9 ਹੈ ਉਹ ਬਰਾਬਰ ਕੀ ਦੇ ਰੱਖਿਆ -512 ਠੀਕ ਹੈ ਹੁਣ ਬੱਚਾ 512 ਜੋ ਹੈ ਉਹ ਕਿਹਦਾ ਕਯੂਬ ਹੁੰਦਾ ਯਾਰ 512 ਕਿਦਾ ਕਿਉਂ ਹੁੰਦਾ 512 ਕਿਦਾ ਕਿਉਂ ਹੁੰਦਾ ਦੇਖੋ 2 ਦੀ ਪਾਵਰ 9 2 ਦੀ ਪਾਵਰ 9 ਹੁੰਦੀ ਹੈ 512 ਹੁਣ ਕਈ ਬੱਚਾ ਇਹ ਵੀ ਹੋਊਗਾ ਕਿ ਸਰ 2 ਦੀ ਪਾਵਰ 9 ਕਿਦਾ ਭਈ 2 ਨੂੰ 9 ਵਾਰੀ ਗੁਣਾ ਕਰਾਂਗਾ 2 2 4 4 2 8 8 2 16 16 2 32 32 2 64 64 2 128 128 2 256 256 2 512 1 2 3 4 5 6 7 8 ਤਿੰਨ ਮਤਲਬ 2 ਨੂੰ 9 ਵਾਰੀ ਗੁਣਾ ਕਰਾਂ ਤੇ ਬੱਚਾ ਕੀ ਹੋਊਗਾ दो नो आ, नो नुना क्रांत क्या होगा पांच सौ बारह होगा ठीक है तो भाई एक्स पावर नो है बट एन की क्या भी माइनस पांच सौ बारह इन्हें की क्या है माइनस पान सौ बारह क्या है माइनस पान सौ बारह क्या है माइनस पांच सौ बारह तो आंसर कि होगा दसो शाबश आंसर दो आएगा या माइनस दो आएगा दसो शाबश अरे x दी वैल्यू निकालनी बच्चा 8 ਨਹੀਂ ਆਏਗਾ 2 ਦੀ ਪਾਵਰ ਨੂੰ ਉਹਨੇ ਕਿਹਾ ਕਿ ਕਿਹਦੀ ਪਾਵਰ ਨੂੰ ਆਪਾਂ ਕਰੀਏ ਜਿਹਦੇ ਨਾਲ ਆਪਣੇ ਕੋਲ 512 ਆ ਜਿਹ ਕਿਹਦੀ ਪਾਵਰ ਨੂੰ ਕਰੀਏ ਕਿ 512 ਆ ਜੀ बच्चा 2 ਦੀ ਪਾਵਰ ਨੂੰ ਹੁੰਦਾ ਹੈ ਮਤਲਬ x ਦੀ वैल्यू ਕਿੰਨੀ ਆਏਗੀ 2 ਆਏਗੀ ਐਨੇ -512 ਤਾਂ -2 ਹੋ ਜਾਏਗਾ ਯਾਰ ਕਿਉਂਕਿ ਪਾਵਰ ਕਿਹ ਹੈ 9 ਹੈ ਕਲੀਅਰ ਹੈ ਕਲੀਅਰ ਹੈ ਕੋਈ ਨਹੀਂ ਗੱਲ ਦੱਸ ਦੋ ਅਗਲੇ ਤੇ ਆਜੋ ਬਣਾਓ ਸ਼ਾਬਸ਼ ਬਣਾਓ ਸਰ ਬਸ ਤੇਰੇ ਕੋਲ ਹੀ ਲਾਈਕ ਵਾਲਾ ਬਟਨ ਦੂਰ ਦਬ ਦੋ ਜਿਨ੍ਹਾਂ ਨੇ ਹਲੇ ਤੱਕ ਲਾਈਕ ਸ਼ੇਅਰ ਨਹੀਂ ਕੀਤਾ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਅਗਲੇ ਕੁਐਸਚਨ ਤੇ ਚੱਲਦੇ ਅਗਲਾ ਕੁਐਸਚਨ ਕੀ ਕਹਿ ਰਿਹਾ ਹੈ ਦੱਸੋ ਸ਼ੁੱਧ ਦੁੱਧ ਵਾਲੇ ਕੰਟੇਨਰ ਤੋਂ 20% ਪਾਣੀ ਨਾਲ ਬਦਲਿਆ ਜਾਂਦਾ ਹੈ ਅਤੇ ਪ੍ਰਕਿਰਿਆ ਨੂੰ ਦੋ ਵਾਰ ਦੁਹਰਾਇਆ ਜਾਂਦਾ ਹੈ ਤਾਂ ਦੁੱਧ ਦੀ ਪ੍ਰਤੀਸ਼ਤਤਾ ਕਿੰਨੀ ਹੋਏਗੀ ਦੇਖੋ 100 ਪਰਸੈਂਟ ਦੇ ਵਿੱਚ ਦੇ ਹੀ ਰੱਖਿਆ ਹੈ ਪਰਸੈਂਟੇਜ ਦੇ ਵਿੱਚ ਦੇ ਰੱਖਿਆ ਹੁਣ ਕਹਿੰਦਾ ਕਿ 20% ਦੁੱਧ ਨੂੰ ਪਾਣੀ ਨਾਲ ਬਦਲਿਆ ਗਿਆ ਮਤਲਬ 20% ਜੇ ਦੁੱਧ ਕੱਢ ਲਿਆ ਉਹਦੀ ਥਾਂ ਤੇ ਪਾਣੀ ਪਾਤਾ ਹੁਣ ਤੇ ਆਹੀ ਕੰਮ ਨੇ ਦੋ ਵਾਰ ਕੀਤਾ ਆਹੀ ਕੰਮ ਨੇ ਕਿੰਨੀ ਵਾਰ ਕੀਤਾ ਦੋ ਵਾਰ ਕੀਤਾ ਹੁਣ 20% ਨੂੰ ਕਿਹਨਾਂ ਲਿਖਦੇ ਆ 20% ਨੂੰ ਲਿਖਦੇ ਆ ਬੱਚੇ 1/5 ਮਤਲਬ ਜੇ 5 ਸੀਗਾ ਦੁੱਧ ਇੱਕ ਕੱਢ ਲਿਆ ਤਾਂ ਕਿੰਨਾ ਰਹਿ ਗਿਆ 4 ਰਹਿ ਗਿਆ ਤੇ ਆਹੀ ਕੰਮ ਨੂੰ ਦੋ ਵਾਰੀ ਕੀਤਾ ਆਹੀ ਕੰਮ ਨੂੰ ਦੋ ਵਾਰੀ ਕੀਤਾ ਹੈ ਭਾਈ ਤਾਂ 5 ਨੂੰ 5 ਨਾਲ ਗੁਣਾ ਕਰਾਂਗੇ 25 ਆ ਜਾਏਗਾ 4 ਨੂੰ 4 ਨਾਲ ਗੁਣਾ ਕਰਾਂਗੇ 16 ਆਜੇਗਾ 5 ਨੂੰ 5 ਨਾਲ ਗੁਣਾ ਕਰਾਂਗੇ 25 ਆ ਜਾਏਗਾ 4 ਨੂੰ 4 ਨਾਲ ਗੁਣਾ ਕਰਾਂਗੇ 16 ਆ ਜਾਏਗਾ ਹੁਣ ਕਹਿੰਦਾ ਕੀ ਹੈ ਭਾਈ ਦੁੱਧ 25 ਸੀਗਾ ਤਾਂ ਦੁੱਧ ਹੁਣ 16 ਰਹਿ ਗਿਆ ਉਹ ਕਹਿੰਦਾ ਦੁੱਧ ਦੀ ਪ੍ਰਤੀਸ਼ਤਤਾ ਕਿੰਨੀ ਹੈ 25 ਸੀਗਾ 16 ਰਹਿ ਗਿਆ ਤੁਸੀਂ ਕਹੋਗੇ ਸਰ 16 ਦੁੱਧ ਹੈ ਪਹਿਲੇ ਕਿੰਨਾ ਸੀ 25 ਸੀਗਾ ਇੰਟੂ ਲਾਉਂਗੇ 100 ਤੁਸੀਂ ਕਹ ਦੋਗੇ ਸਰ 25 ਚੋਕੇ 100 ਤਾਂ 16 ਚੋਕੇ 64% ਮਤਲਬ ਪਹਿਲੇ ਦਾ ਭਾਈ 64% ਰਹਿ ਗਿਆ पहले तक कितना रह गया चौंह प्रसेंट रह गया 64 विल बी द करेक्ट आंसर ऑफ दिस क्वेश्चन चौंह प्रसेंट ही बच्चे इस सवाल का बिल्कुल क्लियर कट आंसर है क्लियर है नहीं गा भी प्रसेंट दुद्ध पानी ना बदलया गया मतलब पंच कट का दुध रह गया चार तीक कम दो बार किया चार तो मतलब पच्ची तो सोलह रह गया तो सोलह रह गया पच्ची तो इंटू सोलह लागे तो चौंहट प्रसेंट आंसर आ जाएगा अगले त्याद बनाओ शाबाश आएगा ਹਾਂ ਹੁਣ ਬੱਚਾ ਇਹਦੇ ਵਿੱਚ ਕੀ ਹੁੰਦਾ ਕਈ ਵਾਰ ਇਹਨਾਂ ਪਾਪਾ ਨੂੰ ਪਰਸੈਂਟੇਜ ਪੁੱਛ ਲੈਂਦਾ ਹੈਗਾ ਕਿ ਪਾਣੀ ਕਿੰਨੇ ਪਰਸੈਂਟ ਹੈ ਤਾਂ ਬੱਚਾ ਪਾਣੀ ਦੀ ਉਹ ਪਾਣੀ ਜੋ ਹੋਊਗਾ ਨਾ ਪਾਣੀ ਪਾਣੀ 66% ਹੈ 64% ਦੁੱਧ ਰਹਿ ਗਿਆ ਤਾਂ ਬਾਕੀ ਪਾਣੀ ਮਿਲਾਇਆ ਤਾਂ ਬਾਕੀ ਪਾਣੀ ਹੋਏਗਾ ਚਲੋ lettes go for the next question ਕਹਿੰਦਾ a b c ਰੁਪਏ ਦਾ ਨਿਵੇਸ਼ ਕਰਕੇ ਸਾਂਝੇਦਾਰੀ ਕਰਦੇ ਹੈ 1800 1500 ਤੇ 1200 a b ਤੇ c ਨੇ ਨਿਵੇਸ਼ ਕੀਤਾ 1800 1500 ਤੇ 1200 ਹੁਣ ਬੱਚੇ ਜਿਹੜੇ ਜਿਹੜੇ ਰੇਸ਼ਿਓ ਚ ਉਹਨਾਂ ਨੇ ਪੈਸੇ ਲਾਇਏ ਹੈ ਜ਼ੀਰੋ ਆ ਤਾਂ ਪੱਕੜਤੀਆਂ ਠੀਕ ਹੈ ਹੁਣ ਜੇ ਇਹਨੂੰ ਕਟਾਂਗਾ ਤਿੰਨ ਤੇ ਕਟਾਂਗਾ 6 ਆ ਜਿਗਾ ਇਹਨੂੰ ਤਿੰਨ ਤੇ ਕਟਾਂਗਾ 5 ਆ ਜਿਗਾ ਇਹਨੂੰ ਤਿੰਨ ਤੇ ਕਟਾਂਗਾ 4 ਤੇ 3 12 ਮਤਲਬ ਜੋ ਵੀ ਪ੍ਰੋਫਿਟ ਹੋਏਗਾ ਨਾ ਜੋ ਵੀ ਪ੍ਰੋਫਿਟ ਹੋਊਗਾ ਉਹ 6 ਰੇਸ਼ਿਓ 5 ਰੇਸ਼ਿਓ 4 ਚ ਹੋਏਗਾ ਇਜ਼ ਇਟ ਕਲੀਅਰ ਕਿ ਜੋ ਵੀ ਪ੍ਰੋਫਿਟ ਹੋਏਗਾ ਨਾ ਉਹ 6 ਰੇਸ਼ਿਓ 5 ਰੇਸ਼ਿਓ 4 ਚ ਹੋਏਗਾ ਜੋ ਵੀ ਪ੍ਰੋਫਿਟ ਹੋਏਗਾ 6:5 ਦੇ ਰੇਸ਼ੋ ਚਾਰਟ ਹੋਏਗਾ ਉਹ ਕਹਿੰਦਾ a ਦਾ ਮੁਨਾਫਾ ਕਿੰਨਾ ਹੈ ਹੁਣ ਪਈਓ ਕਹਿੰਦਾ ਕੁੱਲ ਲਾਭ 500 ਹੈ ਕੁੱਲ ਲਾਭ ਕਿੰਨਾ ਹੈ 500 ਹੈ ਕੁੱਲ ਕਿੰਨਾ ਹੈ 6 5 11 ਦੇ 4 15 ਟੋਟਲ ਪ੍ਰੋਫਿਟ 15 ਦਾ ਹੋਏਗਾ ਤਾਂ 15 ਦੀ ਵੈਲਿਊ ਹੈ ਉਹ ਕਹਿੰਦਾ ਵੈਲਿਊ ਕਿਹਦੀ ਨਿਕਾਲਨੀ ਹੈ a ਦਾ ਹਿੱਸਾ ਮਤਲਬ 6 ਦੀ ਵੈਲਿਊ ਨਿਕਾਲਣੀ ਹੈ ਕਿਹਦੀ ਵੈਲਿਊ ਨਿਕਾਲਣੀ ਹੈ 6 ਦੀ ਵੈਲਿਊ ਨਿਕਾਲਣੀ ਹੈ ਕਲੀਅਰ ਹੈ ਇੰਨੀ ਗੱਲ ਸਮਝ ਆ ਗਈ ਕਿ ਨਹੀਂ ਆਏ ਪਹਿਲੇ ਮੈਨੂੰ ਦੱਸੋ ਹੁਣ ਭਈ ਇਹਨਾਂ ਨੇ 1800 1500 ਤੇ 1200 ਰੁਪਏ ਲਾਏ ਭਈ ਤਾਂ ਬੱਚਾ ਜੋ ਰੇਸ਼ੋ ਆਇਆ 6 ਰੇਸ਼ੋ 5 ਰੇਸ਼ੋ 4 6 ਰੇਸ਼ੋ 5 ਰੇਸ਼ੋ 4 6 ਰੇਸ਼ੋ 5 ਰੇਸ਼ੋ 4 ਠੀਕ ਹੈ ਨਾ ਤਾਂ ਬੱਚਾ 6 5 11 ਤੇ 4 15 ਮਤਲਬ ਟੋਟਲ ਕਿੰਨਾ ਆਏਗਾ 15 ਟੋਟਲ ਪ੍ਰੋਫਿਟ ਕਿੰਨਾ ਹੈ 500 515 ਦੇ ਬਰਾਬਰ ਹੈ 6 ਦੀ ਵੈਲਿਊ ਕੱਢਣੀ ਹੈ 3 2 6 ਹੁੰਦਾ 5 3 15 ਹੁੰਦਾ 5 ਨੂੰ 100 ਤੇ 500 ਦੇ ਕੱਟਾਂਗੇ ਤਾਂ 100 ਆ ਜਾਏਗਾ 100 ਨੂੰ ਦੋ ਨਾਲ ਗੁਣਾ ਕਰਾਵਾਂਗੇ ਤਾਂ 200 ਆ ਜਾਏਗਾ मतलब एह बच्चा जो ए का हिस्सा है जो ए का हिस्सा है वह कि हिस्सा कि दो सौ रुपए है ए दोफिट कि होगा दो सौ रुपए होएगा सर ओनली हो मैथ बैच लेने के बाद हाँ भाई महापैक ले सकते बच्चा तो महापैक जो तो मर्जी ज्वाइन कर सौ तेरे तो कोई भी बैच है तुम तो महापैक ज्वाइन कर सकते हो क्लीयर है नहीं गल चलिए अगे चलो अगले आ दो बनाओ शाबाश ਕਦਰ ਮੋਹਿਤ ਅਤੇ ਪ੍ਰਕਾਸ਼ ਦੀ ਮਹੀਨਾਵਾਰ ਆਮਦਨ 2:3 ਦੇ ਵਿੱਚ ਹੈ ਅਤੇ ਉਹਨਾਂ ਦਾ ਖਰਚਾ ਜੋ ਹੈ ਉਹ 3:5 ਦੇ ਵਿੱਚ ਹੈ ਜੇਕਰ ਹਰ ਇੱਕ 5000 ਰੁਪਏ ਪ੍ਰਤੀ ਮਿੰਨਾ ਬਚਾਉਂਦਾ ਹੈ ਤਾਂ ਮੋਹਿਤ ਅਤੇ ਪ੍ਰਕਾਸ਼ ਦੀ ਮਹੀਨਾਵਾਰ ਆਮਦਨ ਦਾ ਜੋੜ ਕਿੰਨਾ ਹੈ ਦੇਖੋ ਹੁਣ ਬੱਚਾ ਇਹਦੇ ਚ ਆਪਾਂ ਨੂੰ ਕੀ ਦੇ ਰੱਖਿਆ ਇੱਕ ਇਨਕਮ ਦਾ ਰੇਸ਼ਿਓ ਦੇ ਰੱਖਿਆ ਹੈ

ਅ ਦੂਰੇਸ਼ੋ 3 ਹੈ ਐਕਸਪੈਂਡੀਚਰਸ ਜੋ ਹੈ 3 ਰੇਸ਼ੋ 5 ਹੈ ਤੇ ਸੇਵਿੰਗ ਜੋ ਹੈ ਬੱਚਾ 5000 ਤੇ 5000 ਦੀ ਹੈ ਬੱਚਾ ਜੇ ਮੈਂ ਕ੍ਰੋਸ ਮਲਟੀਪਲਾਈ ਕਰਾਵਾਂ ਤਿੰਨ ਤੀਆਂ ਨੂੰ 5 2 10 ਤੁਸੀਂ ਕਹੋਗੇ ਸਰ 10 ਤੇ 9 ਦਾ ਅੰਤਰ 1 ਦਾ ਹੈ ਠੀਕ ਹੈ ਭਾਈ ਹੁਣ ਕ੍ਰੋਸ ਦੇਖੋ ਆਹ ਵਾਲਾ ਕ੍ਰੋਸ ਮਲਟੀਪਲਾਈ ਕਰਾ ਕੇ ਅੰਤਰ ਦੇਖ ਲਿਆ 1 ਦਾ ਅੰਤਰ ਆਇਆ ਹੁਣ ਆਹ ਵਾਲਾ ਕਰਾ ਲਓ 5 3 15000 ਤੇ 5 5 25000 ਆਹ ਹੋ ਗਿਆ 25000 ਆਹ ਵਾਲਾ ਕ੍ਰੋਸ ਮਲਟੀਪਲਾਈ ਕਰਾਵਾਂਗੇ ਤਾਂ 15000 ਆ ਜਾਏਗਾ ਬੱਚਾ ਇਹਨਾਂ ਦੋਨਾਂ ਦਾ ਅੰਤਰ ਕਿੰਨਾ ਹੈ ਤੁਸੀਂ ਕਹਿੰਦੇ ਸਾਡ 10000 ਦਾ ਅੰਤਰ ਹੈ ਤੇ ਕੇ ਲਿਖਿਆ ਨਾ ਕੇ ਦੀ ਕੇ ਦਾ ਮਤਲਬ 10000 ਹੀ ਹੁੰਦਾ ਕੇ ਦਾ ਮਤਲਬ 1000 ਹੀ ਹੁੰਦਾ ਹੈ ਮਤਲਬ 10 ਦੇ ਨਾਲ ਕੇ ਲੱਗ ਗਿਆ ਤਾਂ ਮਤਲਬ 10000 ਬਣ ਜਾਏਗਾ ਠੀਕ ਹੈ ਨਾ ਕੇ ਦਾ ਮਤਲਬ 1000 ਹੁੰਦਾ ਹੈ ਤਾਂ 10 ਦੇ ਨਾਲ ਲੱਗਿਆ ਤਾਂ 10000 ਹੋ ਜਾਏਗਾ ਠੀਕ ਹੈ ਹੁਣ ਕਹਿੰਦਾ ਕੀ ਹੈ ਮੋਹਿਤ ਅਤੇ ਪ੍ਰਕਾਸ਼ ਦੀ ਮਹੀਨਾਵਾਰ ਆਮਦਨ ਦਾ ਜੋੜ ਕਿੰਨਾ ਹੈ ਦੇਖੋ ਮੋਹਿਤ ਅਤੇ ਪ੍ਰਕਾਸ਼ ਦੀ ਮਹੀਨਾਵਾਰ ਆਮਦਨ ਦਾ ਜੋੜ ਕਿੰਨਾ ਹੋਏਗਾ 2 3 5 ਜੋੜ ਕਿੰਨਾ ਹੋਊਗਾ 5 ਤਾਂ 5 ਦੀ ਵੈਲਿਊ ਕਿੰਨੀ ਹੋਏਗੀ 5 ਦੀ ਵੈਲਿਊ 10k ਨਾਲ ਗੁਣਾ ਕਰਾਵਾਂਗੇ ਪਈ ਕਿੰਨਾ ਆ ਜਾਏਗਾ 50000 ਆ ਜਾਏਗਾ ਕਿੰਨਾ ਆ ਜਾਏਗਾ 50000 ਆ ਜਾਏਗਾ ਕਿੰਨਾ ਆ ਜਾਏਗਾ 50000 ਆ ਜਾਏਗਾ ਓਕੇ ਰਿਪੋਰਟ clear ਹੈ ਬੱਚੇ clear ਹੈ 1 ਦੀ ਵੈਲਿਊ 10000 ਤਾਂ 5 ਦੀ ਵੈਲਿਊ ਕਿੰਨੀ ਹੋ ਜਾਏਗੀ 5 ਦੀ ਵੈਲਿਊ ਹੋ ਜਾਏਗੀ ਬੱਚੇ 50000 ਹੋ ਜਾਏਗੀ ਅਗਲੇ ਤੇ ਆਜਣੀਆਂ ਲੋ ਆਵਲਾ ਬਣਾ ਕੇ ਦਿਖਾ ਦਿਓ ਯਾਨੀ ਬੱਚਾ ਇਹ ਕੀ ਹੈ ਇਹ ਬਹੁਤ ਵਾਰ ਪੇਪਰ ਦੇ ਵਿੱਚ ਇਦਾਂ ਦਾ ਇਦਾਂ ਹੀ ਪੁੱਛਿਆ ਗਿਆ ਹੈ ਇਹਦੇ ਵਿੱਚ ਕੋਈ ਡਾਟਾ ਵੀ ਨਹੀਂ ਚੇਂਜ ਕੀਤਾ ਤੇ ਇਹ ਸਵਾਲ ਬਹੁਤ ਵਾਰ ਪਹਿਲੇ ਆ ਚੁੱਕਿਆ ਹੈ ਪ੍ਰੀਵੀਅਸ ইয়ার ਕੁਐਸਚਨ ਹੈ ਬਣਾਓ ਕਿੰਨਾ ਅਨਸਰ ਆਏਗਾ ਸ਼ਰਬਸ਼ ਕਹਿੰਦਾ ਜੇਕਰ ਕਿਸੇ ਸੰਖਿਆ ਦਾ 75% 75 ਵਿੱਚ ਜੋੜਿਆ ਜਾਂਦਾ ਹੈ ਤਾਂ ਨਤੀਜਾ ਆਪਣੇ ਆਪ ਵਿੱਚ ਸੰਖਿਆ ਹੁੰਦਾ ਹੈ ਨਤੀਜਾ ਆਪਣੇ ਆਪ ਵਿੱਚ ਸੰਖਿਆ ਹੁੰਦਾ ਹੈ ਤਾਂ ਨੰਬਰ ਕਿੰਨਾ ਹੈ ਨੰਬਰ ਕਿੰਨਾ ਹੈ ਦੇਖੋ ਹੁਣ ਇਹਦੇ ਵਿੱਚ ਬੱਚਾ इजीली ਆਪਾਂ ਆਪਸ਼ਨ ਚੱਕ ਕੇ ਇਹਨੂੰ इजीली ਬਣਾ ਸਕਦੇ ਹਾਂ ਕਿਦਾਂ ਦੇਖੋ ਹੁਣ ਇਹਦੇ ਵਿੱਚ ਇੱਕ 300 ਅਨਸਰ ਹੈਗਾ ਭਈ ਹੁਣ ਕਈਆਂ ਨੂੰ ਕਈ ਬੱਚਿਆਂ ਨੂੰ ਤਾਂ ਇਹ ਅੰਦਾਜ਼ ਅਨਸਰ ਵੀ ਆਦਾ ਹੋ ਗਿਆ ਹੋਊਗਾ ਕਿਉਂਕਿ ਪ੍ਰੀਵੀਅਸ ਇਅਰ ਦੇ ਬਹੁਤ ਵਾਰੀ ਪੁੱਛਿਆ ਗਿਆ ਹੈ ਕਹਿੰਦਾ ਕੀ ਹੈ ਜੇਕਰ ਕਿਸੇ ਸੰਖਿਆ ਦਾ 75% 75 ਵਿੱਚ ਜੋੜਿਆ ਜਾਂਦਾ ਮੰਨ ਲਓ 300 ਹੈ 300 ਹੈ 300 ਦਾ 75% ਕਿੰਨਾ ਹੋਊਗਾ ਤੁਸੀਂ ਕਹੋਗੇ ਸਰ 300 75 100

ਉਹ ਕਹਿੰਦਾ ਨਤੀਜਾ ਕੀ ਹੁੰਦਾ ਨਤੀਜਾ ਉਹ ਸੰਖਿਆ ਬਣ ਜਾਂਦੀ ਹੈ ਤਾਂ ਅਨਸਰ ਕਿੰਨਾ ਆਏਗਾ 300 ਆਏਗਾ ਤਾਂ ਇਹ ਬਹੁਤ ਵਾਰ ਬੱਚੇ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ ਬਹੁਤ ਵਾਰ ਬੱਚੇ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ ਕਹਿੰਦਾ ਕਿਸੇ ਸੰਖਿਆ ਦਾ 75% 300 ਦਾ 75% 225 ਉਹਦੇ ਵਿੱਚ 75 ਜੋੜਾਂਗੇ ਤਾਂ ਸੰਖਿਆ ਬਣ ਗਈ ਮਤਲਬ 300 ਦਾ ਵਾਪਸ 300 ਆ ਗਿਆ ਤਾਂ ਉਹ ਨੰਬਰ 300 ਹੀ ਹੁੰਦਾ ਹੈ ਤਾਂ ਇਹਦਾ ਤਾਂ ਅਨਸਰ ਵੀ ਬੱਚਿਆਂ ਨੂੰ ਯਾਦ ਹੋ ਰੱਖਿਆ ਇਹਦਾ ਤਾਂ ਅਨਸਰ ਹੀ ਬੱਚਿਆਂ ਨੂੰ ਯਾਦ ਹੋ ਰੱਖਿਆ ਹੈ ਕਿ ਇਹਦਾ ਅਨਸਰ 300 ਹੈ क्लीयर है नहीं गल एक बार फटाफट थम्सअप वाला साइन दे दूंगे कि सर बिल्कुल गल क्लीयर है ओके है फिर आप चलते हैं अगले क्वेश्चन वाल अगले क्वेश्चन चलते हैं चलो बनाओ हूँ जेडे जेडे बच्चों आ क्वेश्चन जो है आता है तो आंसर करो कि आएगा फटाफट शब शाबाश बनाओ कि आएगा आंसर ਮੈਂ ਫਸਟ ਐਲਸੀਅਮ ਲੈ ਕੇ ਰੱਟਾ ਲਾਇਆ ਮੈਂ ਸਰ ਜੀ ਵਿਦਾਊਟ ਆਪਸ਼ਨ ਯਰ ਆਪਾਂ ਐਨਏਐਕਸ ਕਰਕੇ ਮੈਂ ਕਰ ਸਕਦੇ ਹਾਂ ਆਪਾਂ ਐਨਏਐਕਸ ਮੰਨ ਕੇ ਵੀ ਕਰ ਸਕਦੇ ਆ ਵਿਦਾਊਟ ਆਪਸ਼ਨ ਹੀ ਹੋ ਜਾਏਗਾ ਫਿਰ ਉਸ ਟਾਈਮ ਤੇ ਤਾਂ ਕਿੰਨਾ ਅਨਸਰ ਆਏਗਾ ਦੱਸੋ 300 ਦਾ ਕਿਉਂ ਕੀਤਾ ਕੋਈ ਹੋਰ ਵੈਲਿਊ ਨਹੀਂ ਲੈ ਸਕਦੇ ਬੱਚਾ ਤੁਸੀਂ ਹੋਰ ਵੈਲਿਊ ਲੈ ਕੇ ਦੇਖੋਗੇ ਤਾਂ ਸੈਟੀਸਫਾਈ ਨਹੀਂ ਕਰੇਗਾ 300 ਐਸ ਵਾਸਤੇ ਚਾਹੀਏ ਕਿਉਂਕਿ ਰਾਉਂਡ ਫਿਗਰਸ ਸੀ ਰਾਉਂਡ ਫਿਗਰ ਮਤਲਬ 300 400 ਐਦਾਂ ਦਾ ਬਣਾਓ ਕਿੰਨਾ ਆਏਗਾ 18% ਕਰੀ ਹੈ ਹੁਣ ਬੱਚੇ ਇਹਦੇ ਚ ਮੈਨੂੰ ਇਹਦਾ ਕੋਈ ਕੰਮ ਹੀ ਨਹੀਂ ਹੈ ਐਕਚੁਅਲ ਚ 661 ਦੇ ਰੱਖਿਆ ਤੁਸੀਂ ਕਹੋਗੇ ਸਰ ਨੰਬਰ ਹੀ ਪੁੱਠਾ ਆ ਦੇ ਰੱਖਿਆ ਇਹਦੇ ਵਿੱਚ ਕੋਈ ਕੰਮ ਹੀ ਨਹੀਂ ਹੈ ਕੁਐਸਚਨ ਦੀ ਲਾਈਨ ਆ ਪੜਦੇ ਹਾਂ ਇੱਕ ਆਦਮੀ ਨੇ 661 ਰੁਪਏ ਵਿੱਚ ਦੋ ਵਸਤੂਆਂ ਖਰੀਦੀਆਂ ਈਚ 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 ਦਾ ਮਤਲਬ ਕੀ ਹੈ ਹਰੇਕ ਵਸਤੂ ਨੂੰ ਨੇ 661 ਰੁਪਏ ਦਾ ਹੀ ਖਰੀਦਿਆ ਹੈ ਮਤਲਬ ਦੋ ਵਸਤੂਆਂ ਇੱਕੋ ਰੇਟ ਤੇ ਖਰੀਦੀਆਂ ਗਈਆਂ ਠੀਕ ਹੈ ਇੱਕ ਲੇਖ 16% ਮੁਨਾਫੇ ਤੇ ਦੂਜਾ 20% ਮੁਨਾਫੇ ਤੇ ਵੇਚਿਆ ਤਾਂ ਉਸਨੇ ਕਮਾਇਆ કુલ ਲਾਭ ਪ੍ਰਤੀਸ਼ਤ ਕਿੰਨਾ ਉਹਨਾਂ ਦਾ કુલ ਲਾਭ ਕਿੰਨਾ ਕਮਾਇਆ કુલ ਲਾਭ ਕਿੰਨਾ ਕਮਾਇਆ ਦੇਖੋ ਇੱਕ ਲੇਖ 16% ਦੇ ਮੁਨਾਫੇ ਤੇ ਵੇਚਿਆ ਹੈ ਦੂਜਾ ਲੇਖ ਜੋ ਹੈ ਉਹ 20% ਦੇ ਮੁਨਾਫੇ ਤੇ ਵੇਚਿਆ ਹੈ ਜਦੋਂ ਵੀ ਬੱਚਾ ਜਦੋਂ ਵੀ ਐਸ.ਸੀ.ਪੀ ਸੇਮ ਹੋਏ ਮਤਲਬ ਦੋ ਚੀਜ਼ ਦੋ ਵਸਤੂਆਂ ਇੱਕੋ ਰੇਟ ਤੇ ਖਰੀਦੀਆਂ ਜਾ ਰਹੀਆਂ ਹੁਣ ਯਾਰ ਯਾਦ ਰੱਖ ਲਓ ਯਾਦ ਤਾਂ ਹੋ ਹੀ ਗਿਆ ਹੋਊਗਾ ਮੈਂ ਬਹੁਤ ਵਾਰ ਪਹਿਲੇ ਵੀ ਕਰਵਾ ਚੁੱਕਿਆ ਕਵੈਸਚਨ ਬਦਲਦਾ ਕਨਸੈਪਟ ਤੋਹੀ ਹੈ ਨਾ ਕਵੈਸਚਨ ਬਦਲਦਾ ਕਨਸੈਪਟ ਤੋਹੀ ਹੈ ਕਿ ਜਦੋਂ ਜੋ ਜਦੋਂ ਵੀ ਦੋ ਵਸਤੂਆਂ ਇੱਕੋ ਰੇਟ ਤੇ ਖਰੀਦੀਆਂ ਗਈਆਂ ਹੋਣ ਉਦੋਂ ਪਈ ਕੀ ਕਰਨਾ ਹੈ ਜੋੜ ਕੇ ਅੱਦਾ ਕਰਨਾ ਹੈ ਲੋ ਜੀ 16 ਤੇ 20 ਹੁੰਦੇ ਬੱਚਾ 36 ਸਤੀਧੰਦਾ ਕਰੋਗੇ ਤਾਂ ਪ੍ਰੋਫਿਟ ਕਿੰਨਾ ਹੋਏਗਾ ਤੁਸੀਂ ਕਹੋਗੇ ਸਰ 18% ਕੁਛ ਨਹੀਂ ਕਰਨਾ ਜੋੜ ਕੇ ਅੱਦਾ ਕਰੋਗੇ ਤਾਂ ਦਾ ਪ੍ਰੋਫਿਟ ਕਿੰਨਾ ਆ ਦੇਗਾ ਕੁੱਲ ਲਾਭ ਕਿੰਨਾ ਆ ਦੇਗਾ 18% ਆ ਜਾਏਗਾ ਇਜ਼ ਇਟ ਕਲੀਅਰ ਯਾਦ ਹੋ ਗੋ ਉਮੀਦ ਕਰਦਾ ਤੁਹਾਨੂੰ ਇਹ ਚੀਜ਼ਾਂ ਯਾਦ ਹੋਉਂਦੀਆਂ ਹੋਣਗੀਆਂ ਜਦੋਂ ਪੇਪਰ ਦੇ ਵਿੱਚ ਵੀ ਇਹੋ ਜਿਹੇ ਸਵਾਲ ਪੁੱਛੇ ਜਾਣਗੇ ਜਦੋਂ ਪੇਪਰ ਦੇ ਵਿੱਚ ਵੀ ਇਹੋ ਜਿਹੇ ਸਵਾਲ ਪੁੱਛੇ ਜਾਣਗੇ ਉਦੋਂ ਵੀ ਤੁਹਾਨੂੰ ਇਹ ਦਿਮਾਗ 'ਚ ਯਾਦ ਰਹਿਣਾ ਚਾਹੀਦਾ ਹੈ ਕਿਦਰ ਉਦੋਂ ਐਦਾਂ ਨਾ ਹੋਵੇ ਕਿ 641 64 ਕੁਝ ਹੋਰ ਲਾ ਕੇ ਕਰਨ ਨੂੰ ਫਿਰ ਦਿੱਕਤ ਪਰੇਸ਼ਾਨੀ ਹੋ ਜਾਏਗੀ ਕਿਦੇ ਕਿਦੇ ਯਾਦ ਰੱਖੋ ਪੇਪਰ ਜੇਕਰ ਦਾਸੋ ਤੇ ਕੋਈ ਆ ਲਾਈਕ ਵਾਲਾ ਬਟਨ ਜ਼ਰੂਰ ਦਬ ਦੋ ਜਿਨ੍ਹਾਂ ਨੇ ਹਾਲੇ ਤੱਕ ਲਾਈਕ ਵਾਲਾ ਬਟਨ ਨਹੀਂ ਦਬਿਆ 163 ਬੱਚਾ ਦੇਖ ਰਿਹਾ 95 ਲਾਈਕ ਲਾਈਕ ਵਾਲਾ ਬਟਨ ਜ਼ਰੂਰ ਦਬ ਦਿਆ ਕਰੋ ਚਲਿਏਗੇ ਚਲੋ ਅਗਲੇ ਤੇ ਆ ਜਾਨੇ ਹ ਬਣਾਓ ਇੱਕ ਮੁੰਡਾ ਆਪਣੇ ਘਰ ਤੋਂ ਪਾਰਕ 5 ਮਿੰਟਾਂ ਵਿੱਚ 500 ਮੀਟਰ ਦੀ ਦੂਰੀ ਪੈਦਲ ਜਾਂਦਾ ਹੈ ਅਤੇ 7 ਮਿੰਟਾਂ ਵਿੱਚ ਵਾਪਸ ਮੁੜਦਾ ਹੈ ਤਾਂ ਉਸ ਦੀ ਔਸਤ ਗਤੀ ਕਿੰਨੀ ਹੈ ਸਰ ਜੇ ਅਗਰ ਲੋਸ ਹੋਵੇ ਲੋਸ ਹੋਵੇ ਤਾਂ ਬੱਚਾ ਵੈਲਿਊ ਜਿਹੜਾ ਮਾਈਨਸ ਦੀ ਰੱਖੀ ਜਾਏਗੀ ਲੋਸ ਹੈ ਤਾਂ ਵੈਲਿਊ ਮਾਈਨਸ ਹੀ ਰੱਖੀ ਜਾਏਗੀ ਸਿੰਪਲ ਚਲੋ लेट्स ਗੋ ਫॉर द ਨੈਕਸਟ ਕੁਐਸਚਨ ਇੱਕ ਮੁੰਡਾ ਆਪਣੇ ਘਰ ਤੋਂ ਪਾਰਕ ਤੱਕ 5 ਮਿੰਟਾਂ ਵਿੱਚ 500 ਮੀਟਰ ਦੀ ਦੂਰੀ ਤੇ ਪੈਦਲ ਜਾਂਦਾ ਹੈ ਤੇ 7 ਮਿੰਟਾਂ ਵਿੱਚ ਪਿੱਛੇ ਮੁੜਦਾ ਹੈ ਮਤਲਬ 7 ਮਿੰਟਾਂ ਚ ਉਹ ਵਾਪਸ ਆ ਜਾਏਗਾ ਜਾ ਕੇ ਤਾਂ ਉਸ ਦੀ ਔਸਤ ਗਤੀ ਕਿੰਨੀ ਹੈ उसकी औसत गति किनी है दसो शबश किलोमीटर च पुछ रहे भी किलोमीटर च देखो पांच सौ मीटर तो गया है पांच सौ मीटर तो गया है पांच मिनटा च पांच सौ मीटर गया है तो पांच सौ मीटर ही वापस आऊगा सिंपल जी गल है हाँ ही तो है नहीं है, गा कि पांच सौ मीटर गया छः सौ मीटर आएगा नहीं हूँ मान लो किसी एक जगह पर जाके वापस मुड़िया जगह पांच सौ मीटर दी मतलब वो टोटल हजार मीटर चलिया कि चलिया हज़ार मीटर चलिया ना हज़ार मीटर चलिया मतलब एक किलोमीटर चलिया तो एक किलोमीटर बारह मिनटा च एक किलोमीटर बारह मिनटा चलिया एक किलोमीटर किन्ने मिनट चलिया बारह मिनटा दे चलिया हूँ बारह मिनट की है ਤੁਸੀਂ ਕਹੋਗੇ ਸਰ 12 ਮਿੰਟ ਕਿੰਨੇ ਹੁੰਦੇਗੇ 12 ਮਿੰਟ ਹੁੰਦੇ ਸਾ ਆਪਣੇ 1 ਘੰਟੇ ਦਾ 5ਵਾਂ ਹਿੱਸਾ 12 5 60 ਤਾਂ ਕਿਹਨਾ ਅਨਸਰ ਆਏਗਾ ਦੱਸ ਦੋ ਹੁਣ ਤੁਸੀਂ ਸਮਝ ਗਏ ਹੋਗੇ ਕਿ ਮੈਂ ਕੀ ਕਹਿਣਾ ਚਾਹ ਰਿਹਾ ਸਿੰਪਲ ਜੀ ਗੱਲ ਹੈ ਭਈ 1000 ਮੀਟਰ 1000 ਮੀਟਰ ਦਾ ਮਤਲਬ ਹੁੰਦਾ 1 ਕਿਲੋਮੀਟਰ 1 ਕਿਲੋਮੀਟਰ ਦੀ ਦੂਰੀ ਉਹਨੇ ਕਿੰਨੇ ਮਿੰਟਾਂ ਚ ਤੈਅ ਕੀਤੀ ਹੈ 12 ਮਿੰਟਾਂ ਚ ਤੈਅ ਕੀਤੀ ਹੈ 12 ਮਿੰਟਾਂ ਚ ਤੈਅ ਕੀਤੀ ਹੈ ਹੁਣ 12 ਮਿੰਟ ਨੂੰ ਆਪਾਂ ਬੱਚੇ ਕੀ ਲਿਖ ਸਕਦੇ ਹਾਂ 12 ਮਿੰਟ 12 ਮੀਟਰ ਨੂੰ ਉੱਪਰ ਕੀ ਲਿਖ ਸਕਦੇ 12 ਮਿੰਟ 60 ਮਿੰਟਾਂ ਚੋਂ ਮਤਲਬ 12/5 60 ਮਤਲਬ 1/5 ਹੁਣ ਇਹ ਤਾਂ 12 ਮਿੰਟ ਲਿਖ ਲਓ ਹੀ 1/5 ਘੰਟਾ ਲਿਖ ਲਓ ਇੱਕੋ ਬਰਾਬਰ ਹੈ 12 ਮਿੰਟ ਦਾ ਮਤਲਬ ਕੀ ਹੁੰਦਾ ਬੱਚਾ 1/5 ਘੰਟਾ ਹੁੰਦਾ ਸਮਝਦ ਰੋ ਮਤਲਬ ਜੋ 1 ਕਿਲੋਮੀਟਰ ਦੀ ਦੂਰੀ ਉਹਨੇ 1/5 ਕਵਰ ਕੀਤੀ ਹੈ 1/5 ਘੰਟੇ ਦੇ ਵਿੱਚ 1 ਕਿਲੋਮੀਟਰ ਦੀ ਦੂਰੀ ਉਹਨੇ 1/5 ਚ ਕਵਰ ਕੀਤੀ ਹੈ ਬੱਚਾ ਤਾਂ 1 ਕਿਲੋਮੀਟਰ ਹੈਗਾ ਇਹਨੂੰ ਆਪਾਂ 1/5 ਨੂੰ ਪਲਟਾਂਗੇ 5/1 ਆ ਜਾਏਗਾ ਤਾਂ ਅਨਸਰ ਕਿੰਨਾ ਆ ਦੇਗਾ 5 ਅਨਸਰ ਕਿੰਨਾ ਆ ਜਾਏਗਾ 5 ਕਲੀਅਰ ਗੱਲਾਂ ਨਹੀਂ ਹੁਣ ਕਾਫੀ ਬੱਚੇ ਜੁਆ ਹੈ ਆਹ ਕੁਐਸਚਨ ਗਲਤ ਜ਼ਰੂਰ ਕਰ ਗਏ ਸੀਗੇ ਧਿਆਨ ਰੱਖਣਾ ਪਈ ਹੁਣ ਦੇਖੋ ਇਹਦੇ ਵਿੱਚ ਕੋਈ ਲਾਈਨ ਨਹੀਂ ਹੈ ਕੋਈ ਕੁਝ ਨਹੀਂ ਹੈ ਐਂਡ ਸਿੰਪਲ ਜੀ ਗੱਲ ਹੈ ਦੇਖੋ ਫਾਰਮੂਲਾ ਨਹੀਂ ਹੈ ਇੱਕ ਲਾਈਨਾਂ ਹੀ ਪੜ੍ਹਨੀ ਹੈ ਬਸ ਇੱਕ ਮੁੰਡਾ ਆਪਣੇ ਘਰ ਤੋਂ ਪਾਰਕ 5 ਮਿੰਟਾਂ 'ਚ 500 ਮੀਟਰ ਜਾਂਦਾ ਹੈ ਤੇ 7 ਮਿੰਟਾਂ 'ਚ ਵਾਪਸ ਆਇਆ मतलब 500 मीटर के 500 मीटर हज़ार मीटर हो गया हजार मीटर का मतलब हो गया किलो एक किलोमीटर एक किलोमीटर की दूरी उन्हें बारह मिनट च कवर की है तो एक किलोमीटर बारह मिनट च हूँ बारह मिनट है किलोमीटर प्रति घंटा होंगे तुम लेना किलोमीटर प्रति घंटा तो बच्चे आ मिनट है मिनट तो नहीं रख सकते बारह मिनट मतलब घंटे का किन्नवा हिस्सा है घंटे का है एक बटा पा बारह बटे बच्चा एक बटा पं करा बारह बटे एक बच्चा एक किलोमीटर बटा एक बटा पं करा तो मेरा किन्ना आ जाएगा फाइव तो बच्चा पांच किलोमीटर प्रति घंटा क्लीयर है नहीं गल तो बहुत ही आसान सवाल सि बहुत ही आसान सवाल सि गलती करती तो ध्यान रखना है गलती नहीं करनी रमेश रमेश सर मेरा कमेंट पढ़ लो दस पी की डाउट की दिक्कत परेशानी आ रही है भई चलो दस दस पै तेरा कमेंट देख रहे हम बना दो शबश किएगा ਹੁਣ ਇਹਦੇ ਵਿੱਚ ਕੀ ਕਿਹਾ ਗਿਆ ਹੈ ਕਹਿੰਦਾ ਇੱਕ ਵਿਅਕਤੀ ਆਪਣੀ ਆਮਦਨ ਦਾ 75% ਇੱਕ ਵਿਅਕਤੀ ਆਪਣੀ ਆਮਦਨ ਦਾ 75% ਖਰਚ ਕਰਦੀ ਹੈ ਜੇਕਰ ਉਸਦੀ ਆਮਦਨ 20% ਵੱਧ ਜਾਂਦੀ ਹੈ ਬਚਤ ਦੇ ਵਿੱਚ 1% ਦੀ ਕਮੀ ਹੁੰਦੀ ਹੈ ਤਾਂ ਖਰਚੇ ਵਿੱਚ ਪਰਤੀਸ਼ਤ ਵਾਧਾ ਕਿੰਨਾ ਹੋਊਗਾ ਹਾਂ ਬੱਚਾ ਲਗਾ ਸਕਦੇ ਹੋ ਯਾਰ ਲਗਾ ਸਕਦੇ ਹੋ इजीली ਲਗਾ ਸਕਦੇ ਹੈਗੇ ਠੀਕ ਹੈ ਸੁਰਭੀ ਹੈ ਇਨਕਮ ਬਰਾਬਰ ਕੀ ਹੁੰਦਾ ਇਨਕਮ ਬਰਾਬਰ ਹੁੰਦਾ ਐਕਸਪੈਂਡੀਚਰਸ ਪਲੱਸ ਸੇਵਿੰਗਸ ਖਰਚ ਐਕਸਪੈਂਡੀਚਰਸ ਪਲੱਸ ਸੇਵਿੰਗਸ ਹੁੰਦਾ ਨਾ ਕਿ ਆਮਦਨ ਬਰਾਬਰ ਹੁੰਦਾ ਖਰਚ ਪਲੱਸ ਬਚਤ ਆਮਦਨ ਬਰਾਬਰ ਕੀ ਹੁੰਦਾ ਹੈ ਖਰਚ ਪਲੱਸ ਬਚਤ ਹੁੰਦਾ ਹੈ ਹੁਣ ਮੰਨ ਲਓ ਵਿੱਚ ਤੁਸੀਂ ਕੁਝ ਰੁਪਏ ਕਮਾਏ ਤੁਸੀਂ ਕੁਝ ਤੁਹਾਡੀ ਕੁਝ ਇਨਕਮ ਹੈ ਤੁਸੀਂ ਕੁਝ ਕਿੰਨੇ ਵੀ ਰੁਪਏ ਕਮਾਏ ਹੋਂਦੇ ਚੋਂ ਕੁਝ ਖਰਚੇ ਤੇ ਕੁਝ ਬਚਾ ਲਏ ਹੈ ਕਹਿੰਦਾ ਸੁਰਬੀ ਆਪਣੀ ਆਮਦਨ ਦਾ 75% ਖਰਚ ਕਰਦੀ ਹੈ ਮਤਲਬ ਜੇ ਸੁਰਬੀ ਨੇ 100 ਰੁਪਏ ਕਮਾਏ ਹੈ ਤਾਂ ਉਹਨੇ 75 ਰੁਪਏ ਖਰਚ ਕਰਤੇ ਤੇ 25 ਰੁਪਏ ਬਚਾ ਲਏ ਐਦਾਂ ਹੀ ਹੋਊਗਾ ਠੀਕ ਹੈ ਕਿਉਂ ਸਰਬੀ ਦੀ ਆਮਦਨ 20% ਵਧਦਾ ਹੁੰਦਾ ਤਾਂ ਆਮਦਨ ਪਈ 100 ਤੋਂ 20 ਵੱਧ ਕੇ ਕਿੰਨੀ ਹੋ ਜਾਏਗੀ 100 ਤੋਂ 20 ਵੱਧ ਕੇ ਕਿੰਨੀ ਹੋ ਜਾਏਗੀ ਆਮਦਨ 120 ਹੋ ਜਾਏਗੀ ਗੱਲ ਕਲੀਅਰ ਹੋਏਗੀ ਹੁਣ ਐਨੇ ਕਿਹਾ ਕਿ ਆਮਦਨ ਤੇ 120 ਹੋਗੀ ਅਤੇ ਬਚਤ ਵਿੱਚ 1% ਦੀ ਕਮੀ ਹੁੰਦੀ ਹੈ ਬਚਤ ਵਿੱਚ 1% ਦੀ ਕਮੀ ਹੁੰਦੀ ਹੈ 1% ਕਿੰਨੇ ਪਰਸੈਂਟ ਕਮੀ ਹੁੰਦੀ ਹੈ 1% ਹੁੰਦੀ ਹੈ ਤਾਂ 25 ਦਾ 1% ਕਿੰਨਾ ਹੋਊਗਾ ਕਮੈਂਟ ਕਰਕੇ ਦੱਸਿਓ ਕਿੰਨਾ ਹੋਏਗਾ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗਾ ਕਿ 25 ਦਾ 1% ਕਿੰਨਾ ਹੋਊਗਾ बचत पहले पच्ची रुपए से पच्ची तो एक परसेंट कटेगी एक परसेंट होगा पॉइंट पच्ची पॉइंट पच्ची कट के कि हो जाएगी चौबीस पॉइंट पचहत्तर हो जाएगी क्लियर एनी गल इज इट क्लीअर ओर नोट इज इट क्लीअर ओर नोट पॉइंट जीरो पच्ची नहीं होंगे बच्चे जीरो पॉइंट पच्ची होएगा यार दो अंक के छाने आप ਹੁਣ ਇਹਦਾ 1% ਕੱਢ ਲੈਣਾ ਨਾ 1 ਤੇ 2 1% ਵਾਸਤੇ ਦੋ ਅੰਕ ਛੱਡ ਕੇ ਪੁਆਇੰਟ ਲਾਣੇ ਦੋ ਅੰਕ ਛੱਡ ਕੇ ਪੁਆਇੰਟ ਠੀਕ ਹੈ ਮਤਲਬ 120 ਕਮਾ ਰਿਹਾ ਹੈ ₹24.75 ਕੀ ਹੁੰਦੇ ਬਚਦੇ ਹੈ ਤਾਂ ਮਾਈਨਸ ਕਰੋਗੇ ਇਹਦੇ ਜੋ ਕਿੰਨਾ ਆਊਗਾ ਤੁਸੀਂ ਕਹੋਗੇ ਸਰ ਮਾਈਨਸ ਕਰੇ ਬਾਅਦ ਕਿੰਨਾ ਆਏਗਾ ਦੱਸੋ ਸ਼ਾਬਾਸ਼ ਹੁਣ ਕਈਆਂ ਨੂੰ ਕੀ ਹੋਊਗਾ ਮਾਈਨਸ ਕਰਨ ਤੇ ਵੀ ਦਿੱਕਤ ਆਂਦੀ ਹੋਵੇਗੀ ਆਮਦਨ 100 ਸੀਗਾ ਭਈ 20% ਵਾਦੇ ਬਾਦੇ ਆਮਦਨ ਹੋਗੀ 120 बचत पच्ची की पच्ची तो एक परसेंट मतलब जीरो पॉइंट पच्ची कटाता तो कि हो जाएगा 24.75 पॉइंट पचहत्तर हो जाएगा हूँ एक सौ भी रुपये कमाए है चौबी रुपए पचहत्तर पैसे की कर ले सेव कर ले तो माइनस करा तो कि आजगा माइनस कराँगा तो कि आजगा तुम कहो एक सौ भी चौबी पॉइंट पचहत्तर कटाऊँगा तो पचानवे पॉइंट पच्ची आ जाएगा क्लीयर है नहीं गल तो खर्चा इन्ना है पहले खर्चा पचहत्तर रुपये हूं हम पचानवे पॉइंट पच्ची हों मतलब खर्चा पहले भी पच्ची पैसे बद ਪਹਿਲੇ ਨਾਲੋਂ ਮਤਲਬ 75 ਤੋਂ 100 ਲਓ ਜੀ ਤਾਂ ਪੁਆਇੰਟ ਨਾ ਘਟਾਵਾਂਗਾ ਤਾਂ ਦੋ ਜ਼ੀਰੋ ਆ ਜਾਣਗੀਆਂ ਦੋ ਜ਼ੀਰੋ ਨਾ ਦੋ ਜ਼ੀਰੋ ਕੱਟੀਆਂ ਗਈਆਂ ਹੁਣ 2025 75 ਦੁਨਾ 150 ਮਤਲਬ ਲਮਸਮ ਅਨ ਵਿੱਚ ਅਨਸਰ ਆਏਗਾ 25 27% ਕਿੰਨਾ ਆ ਜਾਏਗਾ 27% 2025 ਦੇ ਵਿੱਚ 75 ਦਾ ਭਾਗ ਕਰਨਾ 75 ਦੁਨਾ 150 ਹੁੰਦੇ ਹੈ ਦੂਆ ਤਾਂ ਪਹਿਲੇ ਆਊਗਾ ਹੀ ਆਊਗਾ ਦੂਏ ਤੋਂ ਵੱਡਾ ਆਨਸਰ ਆਏਗਾ ਤੇ ਅੱਗੇ ਭਈ ਕਾਫੀ ਅੱਗੇ ਹੈਗਾ 52 25 ਮਤਲਬ 525 ਦਾ ਮਤਲਬ 22 ਤਾਂ ਹੋ ਨਹੀਂ ਸਕਦਾ ਤਾਂ ਆਨਸਰ ਆਏਗਾ 27% ਆਨਸਰ ਕਿੰਨਾ ਆਏਗਾ 27% ਆਨਸਰ ਆਏਗਾ 27% ਇਸਵਲ ਦਾ ਆਨਸਰ ਆਏਗਾ ਇੱਕ ਵਾਰੀ ਥੰਮਸ ਅਪ ਵਾਲਾ ਸਾਈਨ ਕਰ ਦਿਓ ਕਿ ਗੱਲ ਸਮਝ ਆ ਗਈ ਕੈਲਕੂਲੇਸ਼ਨ ਪਾਰਟ ਸੀਗਾ ਹੋਰ ਕੁਝ ਵੀ ਨਹੀਂ ਸੀ ਸੋਚ 75 ਖਰਚੇ पच्ची बचा ले आमदन भीसेंट वही एक सौ भी होगी आप पॉइंट एक प्रसेंट कटाई है तो एक प्रसेंट हो गया पॉइंट पच्ची पॉइंट पच्ची कटाए बाद बचत रहेगी पई कि चौबी पॉइंट पचहत्तर सो एक सौ भी चौबी पॉइंट पचहत्तर कटाओगे तो पचानवे पॉइंट पच्ची आ जाएगा खर्चा पहले ना कि बढ़ गया भी पॉइंट पच्ची वीरे तो पचहत्तर पॉइंटू तो च सौ आंसर कि आ जाएगा आंसर आ जाएगा तो हटा सताई चलो अगले तो आ जाने ਕਹਿੰਦਾ ਕਰੰਟ ਦੇ ਨਾਲ ਇੱਕ ਆਦਮੀ ਦੀ ਸਪੀਡ ਜੋ ਹੈ ਉਹ 15 ਕਿਲੋਮੀਟਰ ਪ੍ਰਤੀ ਘੰਟਾ ਹੈ ਕਰੰਟ ਦੀ ਗਤੀ 2.5 ਕਿਲੋਮੀਟਰ ਪ੍ਰਤੀ ਘੰਟਾ ਤੇ ਕਰੰਟ ਦੇ ਵਿਰੁੱਧ ਆਦਮੀ ਦੀ ਗਤੀ ਕਿੰਨੀ ਹੈ ਲੋ ਲਾਈਨ ਆ ਪੜਨੀ ਹੈ ਬਸ ਹਾਂਜੀ ਲਾਈਨ ਆ ਪੜਨੀ ਹੈ ਬਸ ਓਕੇ ਕਰਕੇ ਲਾਈਨ ਆ ਪੜ ਲੋ ਕੈਂਤਰੀ ਕਿਨਾਂ ਲਾਈਨ ਆ ਪੜ ਲੋ ਤੁਹਾਡਾ ਆਨਸਰ ਜੋ ਹੈ ਬਣ ਜੇਗਾ ਬਣ ਜਾਓ ਦੇਖੋ கரண்ட் ਦੇ ਨਾਲ ਹੁੰਦਾ ਕਿ ਬੰਦਾ ਪਾਣੀ ਦੇ ਨਾਲ ਜਾਏਗਾ ਪਾਣੀ ਦੇ ਨਾਲ கரண்ட் ਹੁੰਦਾ ਪਾਣੀ ਪਾਣੀ ਦੇ ਨਾਲ ਇੱਕ ਆਦਮੀ ਦੀ ਗਤੀ 15 ਕਿਲੋਮੀਟਰ ਪ੍ਰਤੀ ਘੰਟਾ ਹੈ ਆਦਮੀ ਮਤਲਬ ਮੈਨ ਤੇ ਪਾਣੀ ਆਦਮੀ ਮਤਲਬ ਮੈਨ ਤੇ ਪਾਣੀ ਗਤੀ ਕਿੰਨੀ ਹੈ ਦੋਨਾਂ ਦੀ ਮਿਲਾ ਕੇ 15 ਕਿਲੋਮੀਟਰ ਪ੍ਰਤੀ ਘੰਟਾ ਹੈ ਹੁਣਾਂ ਨੇ ਕਿਹਾ ਕੀ ਹੈ ਕਹਿੰਦਾ ਅ ਕਰੰਟ ਦੀ ਗਤੀ ਕਿੰਨੀ ਹੈ ਕਰੰਟ ਮਤਲਬ ਪਾਣੀ ਦੀ ਗਤੀ ਹੈ 2.5 ਕਿਲੋਮੀਟਰ ਪ੍ਰਤੀ ਘੰਟਾ ਤਾਂ m ਪਾਣੀ ਦੀ ਥਾਂ ਤੇ ਮੈਂ 2.5 ਰੱਖ ਰਿਹਾ ਹਾਂ ਤੇ ਬਰਾਬਰ 15 ਪਿਆ ਹੈ ਤਾਂ ਐਮ ਦੀ ਵੈਲਿਊ ਕਿੰਨੀ ਆ ਜਾਏਗੀ ਤੁਸੀਂ ਕਹੋਗੇ ਸਰ ਆਹ 22 ਉਧਰ ਜਾ ਕੇ ਮਾਈਨਸ ਹੋ ਜਾਏਗਾ 15 ਚੋਂ 22 ਮਾਈਨਸ ਕਰਾਂਗੇ ਤਾਂ 12.5 ਆ ਜਾਏਗਾ ਕਿੰਨਾ ਆ ਜਾਏਗਾ 12.5 ਆਦਮੀ ਦੀ ਗਤੀ ਕਿੰਨੀ ਹੈ 12.5 ਹੈ ਆਦਮੀ ਦੀ ਗਤੀ ਕਿੰਨੀ ਹੈ 12.5 ਹੈ ਉਹ ਕਹਿੰਦਾ ਕਰੰਟ ਦੇ ਵਿਰੁੱਧ ਕਰੰਟ ਦੇ ਵਿਰੁੱਧ ਦਾ ਮਤਲਬ ਹੁੰਦਾ ਹੈ ਮਾਈਨਸ ਕਰਨਾ ਕਰੰਟ ਦੇ ਵਿਰੁੱਧ ਵਾਲੀ ਗਤੀ ਦੱਸਣੀ ਹੈ ਭਈ 12.5 ਤਾਂ ਆਦਮੀ ਦੀ ਆ ਗਈ ਕਰੰਟ ਦੇ ਵਿਰੁੱਧ ਮਤਲਬ ਇਹਦੀ 22 ਹੈ ਮਾਈਨਸ ਕਰਾਂਗੇ ਕਿੰਨਾ ਆ ਜਾਏਗਾ 10 ਕਿਲੋਮੀਟਰ ਪ੍ਰਤੀ ਘੰਟਾ ਦੇ ਟੈਨ ਕਿਲੋਮੀਟਰ ਪਰ ਆਵਰ ਠੀਕ ਹੈ ਤਾਂ ਕਰੰਟ ਦੇ ਵਿਰੁੱਧ ਮਤਲਬ ਪਾਣੀ ਦੇ ਓਪੋਜ਼ਿਟ ਸਾਈਡ 'ਚ ਜਾਏਗਾ ਤਾਂ ਸਪੀਡ ਜੋ ਹੋਏਗੀ ਉਹ ਦਸ ਕਿਲੋਮੀਟਰ ਪ੍ਰਤੀ ਘੰਟਾ ਹੋਏਗੀ ਟੈਨ ਕਿਲੋਮੀਟਰ ਪ੍ਰਤੀ ਘੰਟਾ ਹੋਏਗੀ ਓਕੇ ਰਿਪੋਰਟ ਕਲੀਅਰ ਹੈ ਨਿਗਲ ਕਰੰਟ ਦੇ ਨਾਲ ਪਾਣੀ ਦੇ ਨਾਲ ਤੇਰੇਗਾ ਤਾਂ ਪੰਦਰਾਂ ਦੀ ਸਪੀਡ ਹੈ ਹੁਣ ਤੇ ਪਾਣੀ ਦੀ ਸਪੀਡ ਢਾਈ ਕਿਲੋਮੀਟਰ ਪ੍ਰਤੀ ਘੰਟਾ ਦਾ ਮਤਲਬ ਬੰਦੇ ਦੀ ਸਪੀਡ ਸਾਢੇ ਬਾਰਾਂ ਹੈ ਕਰੰਟ ਦੇ ਵਿਰੁੱਧ ਮਤਲਬ ਪਾਣੀ ਦੇ ਆਪੋਜ਼ਿਟ ਸਾਈਡ ਜਾਏਗਾ ਤਾਂ ਪਾਣੀ ਢਾਈ ਦੀ ਸਪੀਡ ਨਾਲ ਆ ਰਿਹਾ ਹੈ ਉਹ 12.5 ਦੀ ਸਪੀਡ ਨਾਲ ਆ ਰਿਹਾ ਤਾਂ ਸਪੀਡ ਉਹਦੀ ਢਾਈ ਘੱਟ ਜਾਏਗੀ ਮਤਲਬ 10 ਕਿਲੋਮੀਟਰ ਪ੍ਰਤੀ ਘੰਟਾ ਆ ਜਾਏਗੀ ਕਲੀਅਰ ਹੈ ਤਾਂ ਲੋਬੀ ਆਈ ਦੀ ਕਲਾਸ ਮੇਤਰੋ ਆਪਣੇ ਤੱਕ ਕਿਸੇ ਸਵੇਰੇ ਮਿਲਦੇ ਆਪਾਂ 11 ਵਜੇ ਤਾਂ ਨਾ ਆ ਦੇਣਾ ਬੱਚਾ ਆ ਜਿੰਨੀਆਂ ਵੀ ਵੈਕੈਂਸੀ ਆ ਰਹੀ ਹੈ ਜਿਵੇਂ ਸੀਨੀਅਰ ਅਸਿਸਟੈਂਟ ਦਾ ਆ ਰਿਹਾ ਭਾਈ ਇਹ ਸਾਰਾ ਕੁਝ ਸਰ ਓਨਲੀ ਮੈਥ ਦਾ ਬੈਚ ਮਿਲ ਜੂ ਹਾਂ ਬੱਚਾ ਓਨਲੀ ਮੈਥ ਦਾ ਬੈਚ ਅਵੇਲੇਬਲ ਹੈ ਸਟੋਰ ਤੇ 373 ਰੁਪਏ ਦਾ ਸਿਰਫ ਸਿਰਫ 373 ਰੁਪਏ ਦਾ ਬ ਠੀਕ ਹੈ ਬੈਚ ਰਿਕਾਰਡਡ ਹੋਏਗਾ ਤਾਂ ਉਹਦੇ ਸਾਰੇ ਕਲਾਸਾਂ ਆਲਰੇਡੀ ਰਿਕਾਰਡ ਹੈਗੀਆਂ ਮੇਰੇ ਕਲਾਸ ਜੋ ਬੈਚ ਮੈਂ ਪੜਾ ਚੁੱਕਿਆ ਹਾਂ ਉਹਦੇ ਸਾਰਾ ਕੁਝ ਕਰਾਇਆ ਹੋਇਆ ਤੁਸੀਂ ਜੁਆਇਨ ਕਰ ਸਕਦੇ ਹੋ ਇੱਕ ਡਿਸਕਾਊਂਟ ਕੋਡ Y752 ਲਗਾ ਕੇ ਤੇ ਨਾਲ ਦੇ ਨਾਲ ਬੱਚਾ ਸੀਨੀਅਰ ਅਸਿਸਟੈਂਟ ਦੀ ਤਿਆਰੀ ਕਰਨੀ ਹੈਗੀ ਹੈ ਤਾਂ YouTube ਤੇ ਕਲਾਸ ਚੱਲੀ ਰਹੀ ਹੈ ਬਾਕੀ ਤੁਸੀਂ ਪੇਡ ਬੈਚ ਵਿੱਚ ਜੁੜਨਾ ਚਾਹੁੰਦੇ ਹੋ ਡਿਟੇਲ ਚ ਪੜਨਾ ਚਾਹੁੰਦੇ ਹੋ ਬਿਲਕੁਲ ਬੇਸਿਕ ਤੋਂ ਲੈ ਕੇ ਹਾਈ ਲੈਵਲ ਤੱਕ ਪੜਨਾ ਚਾਹੁੰਦੇ ਹੋ ਪੇਡ ਬੈਚ ਦੇ ਵਿੱਚ ਜੁਆਇਨ ਕਰ ਸਕਦੇ ਹੋ ਕਰਨਾ ਕੀ ਹੈ ਭਾਈ Google ਤੇ ਜਾ ਕੇ Google ਤੇ ਚਲੇ ਜਾਓ Google ਤੇ Google बाबा ਨੂੰ ਕਹਿ ਦਿਓ ਕਿ अडर ट्वेंटी फोर सैवन गूगल पर लिख दो अडर ट्वेंटी फोर सैवन अडर ट्वेंटी फोर सैवन लिखों पहले लिंक से क्लिक कर दिया जी पहले लिंक क्लिक करे बाद की होगा पहले लिंक बाद क्लिक करे बाद होगा पहले लिंक ते क्लिक किया आल कोर्स आ गए आल कोर्स आ गए आल कोरस आई बाद स्टेट एग्जाम स्टेट एग्जाम स्टेट एग्जाम के चले बच्चे थोड़ा ज्यादा हैल्थ इशू सके क्लास जो है छोटी है बच्चा कह रहा सर मिनी क्लास ठीक है चलो कोई गल नहीं मिनी क्लास सही है ती बत्ती मिनट ठीक है जिन्हें भी है भाई थोड़ी तबीयत थोड़ी सही नहीं हैगी क्योंकि वैदर है, हो जा है इस करके ठीक है ना आडा ट्वेंटी फोर सैवन सर्च करोगे भाई स्टेट एग्जाम च से च आ गए बाद भी इन्ने सारे बैच पी ट्री प्लस बीते गए चले ठीक है पी ट्री प्लस बीते गए चले आ, मैं लिंक लगा दूंगा बच्चा डिस्क्रिप्शन पी ट्री प्लस बी से जाके देखो थले थले पे होगा मैथ वाला बैच आ पे भाई मैथ स्पैशल बैच चार सौ चौबीस रुपये दिखाएगा एद लिंक है भाई कमेंटा भी ला दूंगा लिंक जो है वो कमेंटा भी ला दूंगा अरे जायबाद करना की है मैच स्पेशल बैच अरे एरे जायबाद करना की है कोई भी कोड लगे वो उन्होंने हटाओ व्यू ऑफर से चले जाओ व्यू ऑफर से जाके की करोगे डिस्काउंट कोड पा दूंगे वाई सेवन फाइव टू वाई सत सौ बवंजा लो तीन सौ नब्बे रुपए पूरे एक साल वास्ते थोड़े को वैलिडिटी रहेगी तीन सौ नब्बे रुपये का 1 ਸਾਲ ਵਾਸਤੇ ਵੈਲਿਡਿਟੀ ਰਹੇਗੀ ਹੁਣ ਤੁਸੀਂ ਚਾਹੋ ਤਾਂ ਨੂੰ 373 ਚ ਵੀ ਬਾਏ ਕਰ ਸਕਦੇ ਹੋ ਐਪ ਉੱਤੇ ਜਾ ਕੇ ਤੁਸੀਂ ਕੋਇਨਸ ਯੂਜ਼ ਕਰੋਗੇ ਨਾ 373 ਦਾ ਮਿਲ ਜਾਊਗਾ ਬਸ ਡਿਸਕਾਊਂਟ ਕੋਡ ਧਿਆਨ ਚ ਰੱਖਿਆ ਜੇ Y752 ਹੁਣ ਜੇ ਬੱਚਾ ਤੁਸੀਂ ਸਾਰੇ ਸਬਜੈਕਟ ਪੜ੍ਹਨੇ ਹੈਗੇ ਡਿਟੇਲ ਵਾਈਜ਼ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੋ ਦੋ ਬੈਚ ਹੋਰ ਹੈਗੇ ਉੱਪਰ ਦੇਖੋ ਸੀਨੀਅਰ ਅਸਿਸਟੈਂਟ ਦਾ ਬੈਚ ਹੈ ਬੱਚਾ ਤੇ ਬੁਨਿਆਦ ਬੈਚ ਹੈ 1999 ਰੁਪਏ ਦਾ 1299 ਰੁਪਏ ਦਾ ਬਟ ਕੋਡ ਲਾ ਕੇ ਹੋਰ ਸਸਤਾ ਹੋ ਜਾਏਗਾ ਡਿਸਕਾਊਂਟ ਕੋਡ ਲਾ ਕੇ ਤਾਂ ਧਿਆਨ ਰੱਖਣਾ ਹੈ ਕਿ ਇਹਨਾਂ ਚੋਂ ਕੋਈ ਵੀ ਜੁਆਇਨ ਕਰੋ ਮੰਨ ਲਓ ਬੁਨਿਆਦ ਜੁਆਇਨ ਕਰਨਾ ਤਾਂ ਬੱਚਾ ਬੁਨਿਆਦ ਜੋ ਹੈ ਉਹ ਸਾਰੇ ਐਗਜ਼ਾਮਸ ਵਾਸਤੇ ਕਵਰ ਕਰੇਗਾ ਬਿਲਕੁਲ ਬੇਸਿਕ ਤੋਂ ਲੈ ਕੇ ਤਾਂ ਤੁਸੀਂ ਬੁਨਿਆਦ ਚ ਵੀ ਜਾ ਸਕਦੇ ਹੈਗੇ ਹੋ ਜਿਆਦਾ ਫਰਕ ਨਹੀਂ ਹੈ 200 ਰੁਪਏ ਦਾ ਫਰਕ ਹੈ ਇਹ ਸੀਨੀਅਰ ਅਸਿਸਟੈਂਟ ਹੈ ਹੁਣ ਕਈ ਕਹਿਣਗੇ ਕਿ ਸਰ ਸੀਨੀਅਰ ਅਸਿਸਟੈਂਟ ਵਾਲੇ ਬੁਨਿਆਦ ਨਾਲੋਂ ਬਿਲਕੁਲ ਪਈ ਮੈਂ ਇਹ ਗੱਲ ਕਹੂੰਗਾ ਕਿ ਬੁਨਿਆਦ ਦੇ ਵਿੱਚ A to Z ਸਭ ਚੀਜ਼ਾਂ ਸਭ ਚੀਜ਼ਾਂ ਬਿਲਕੁਲ ਘੈਂਟ ਤਰੀਕੇ ਨਾਲ ਮਤਲਬ ਬੇਸਿਕ ਤੋਂ ਲੈ ਕੇ ਪੜਾਈਆਂ ਪੜਾਈਆਂ ਜਾਣਗੀਆਂ ਸੀਨੀਅਰ ਅਸਿਸਟੈਂਟ 'ਚ ਵੀ ਉਦਾਂ ਹੀ ਹੈ ਬਟ ਇਹ ਹੈ ਉਹ ਸਾਰੇ ਐਗਜ਼ਾਮ ਕਵਰ ਕਰੂਗਾ ਇੱਕਲਾ ਸੀਨੀਅਰ ਅਸਿਸਟੈਂਟ ਕਵਰ ਕਰੂਗਾ ਠੀਕ ਹੈ ਤੇ ਬਾਕੀ ਪੰਜਾਬ ਮਹਾਪគ្ ਤਾ ਸਾਰੇ ਐਗਜ਼ਾਮ ਕਵਰ ਕਰਦਾ ਹੀ ਏ ਟੂ ਜ਼ेड ਪੂਰੇ ਇੱਕ ਸਾਲ ਵਾਸਤੇ ਮਿਲ ਰਹੀ 3000 ਰੁਪਏ ਦਾ ਤਾਂ ਤੁਸੀਂ ਕੋਈ ਵੀ ਬੈਚ ਜੁਆਇਨ ਕਰ ਸਕਦੇ ਹੋ ਮੰਨ ਲਓ ਬੁਨਿਆਦ 3.0 ਜੁਆਇਨ ਕਰਨਾ ਹੈ ਤਾਂ ਜਿੰਨੇ ਦਾ ਵੀ ਦਿਖਾ ਰਿਹਾ ਕੋਡ ਹਟਾਓ VOVERS ਤੇ ਜਾ ਕੇ VOVERS ਤੇ ਜਾ ਕੇ ਡਿਸਕਾਊਂਟ ਕੋਡ ਪਾ ਦਿਓ ਕਿੰਨਾ Y752 ਕੋਈ ਵੀ ਬੈਚ ਐਨਰੋਲ ਕਰੋ ਅਡਾ 247 ਤੇ ਕੋਈ ਵੀ ਬੈਚ انرੋਲ ਕਰੋ ਡਿਸਕਾਊਂਟ ਕੋਡ ਧਿਆਨ ਚ ਰੱਖਿਆ ਜੇ Y752 ਲਗਾ ਕੇ ਜੁਆਇਨ ਕਰੋਗੇ ਤਾਂ ਇਹ ਤੁਹਾਨੂੰ 1900 ਰੁਪਏ ਦੇ ਆਸ-ਪਾਸ 1960 ਰੁਪਏ ਦੇ ਆਸ-ਪਾਸ ਮਿਲ ਪਵੇਗਾ ਕੋਡ Y752 ਪਲੱਸ ਐਪ ਉੱਤੇ ਕੋਇਨਸ ਮਿਲਦੇ ਹੈ ਕੋਇਨਸ ਯੂਜ਼ ਕਰਕੇ ਠੀਕ ਹੈ ਤਾਂ ਬਸ ਕੋਡ ਯਾਦ ਰੱਖਿਆ ਜੇ Y752 Y752 ਕਮੈਂਟਸ ਵਿੱਚ ਮੈਂ ਲਿੰਕ ਲਾ ਦੇਣਾ ਪਈ ਪੰਜਾਬ ਦੇ ਜੋ ਆਪਣਾ ਮੈਥ ਸਪੈਸ਼ਲ ਬੈਚ ਹੈਗਾ ਸਾਰੇ ਪੇਪਰਾਂ ਵਾਸਤੇ ਤੁਸੀਂ ਉਹ ਮੈਥ ਕਰਨਾ ਚਾਹੋ ਤਾਂ ਉਸ ਬੈਚ ਤੋਂ ਕਰ ਸਕਦੇ ਹੋ ਆਈ ਦੀ ਕਲਾਸ ਮਿੱਤਰੋ ਇਹ ਨਹੀਂ ਹੈ ਤਾਂ ਆਪ ਦਾ ਦਿਹਾੜਾ ਦਾ ਧਿਆਨ ਰੱਖੋ ਟੇਕ ਕੇਅਰ ਬਾਏ ਬਾਏ